ਕਰਨਾ ਤਾਂ ਆਪਾਂ ਅੱਗੇ ਨਹੀਂ ਜਾਣਾ। ਲਗਾਤਾਰ ਅਨਾਉਂਸਮੈਂਟ ਹੋ ਰਹੀ ਹੈ ਕਿਸਾਨਾਂ ਦੇ ਵੱਲੋਂ, ਦਿੱਲੀ ਕੂਚ ਦੀ ਪੂਰੀ ਤਿਆਰੀ ਹੈ। ਦੇਖੋ ਜਰਾ 11 ਵਜ ਗਏ ਨੇ, ਬਿਲਕੁਲ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਸ਼ੰਭੂ ਬਾਰਡਰ ਤੋਂ, ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਹਰਿਆਣਾ ਪੁਲਿਸ ਵੱਲੋਂ ਪਹਿਲਾ ਹੰਝੂ ਗੈਸ ਦਾ ਗੋਲਾ ਛੱਡਿਆ ਗਿਆ, ਯਾਨੀ ਕਿ ਕਿਸਾਨਾਂ ਦੇ ਇਕੱਠ ਨੂੰ ਵੇਖਦੇ ਹੋਏ ਹਰਿਆਣਾ ਪੁਲਿਸ ਨੇ ਬਿਨਾਂ ਦੇਰ ਕੀਤੇ ਐਕਸ਼ਨ ਕਰਨਾ ਸ਼ੁਰੂ ਕਰ ਦਿੱਤਾ। ਪਹਿਲਾ ਹੰਝੂ ਗੈਸ ਦਾ ਗੋਲਾ ਦਾਗਣਾ ਸ਼ੁਰੂ ਕਰ ਦਿੱਤਾ ਅਤੇ ਹੁਣ ਕਿਸਾਨ ਦਿੱਲੀ ਵੱਲ ਅੱਗੇ ਵੱਧ ਰਹੇ ਨੇ। ਹਜ਼ਾਰਾਂ ਦੀ ਗਿਣਤੀ ਚ ਕਿਸਾਨਾਂ ਦਾ ਇਕੱਠ ਹੈ, ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗਗਨ। ਬਿਲਕੁਲ ਬਿਲਕੁਲ ਆਸ਼ੀਸ਼, ਦੇਖੋ ਜਰਾ ਗੋਲੇ ਲਗਾਤਾਰ ਦਾਗੇ ਜਾ ਰਹੇ ਨੇ ਔਰ ਇੰਨੇ ਦਿਨਾਂ ਤੋਂ ਇਸ ਤਰ੍ਹਾਂ ਦੀ ਕਾਰਵਾਈ ਅਸੀਂ ਕਈ ਵਾਰ ਦੇਖ ਚੁੱਕੇ ਹਾਂ। ਕਈ ਰਾਉਂਡ ਦੇ ਵਿੱਚ ਗੋਲੇ ਦਾਗੇ ਜਾਂਦੇ ਨੇ, ਲੇਕਿਨ ਹੈਰਾਨੀ ਵਾਲੀ ਗੱਲ ਹੈ ਕਿ ਕਿਸਾਨਾਂ ਦਾ ਹੌਸਲਾ ਪਸ ਨਹੀਂ ਹੋ ਰਿਹਾ, ਕਿਉਂਕਿ ਜਿੰਨੇ ਗੋਲੇ ਆ ਰਹੇ ਨੇ ਉਨੀ ਵੱਡੀ ਗਿਣਤੀ ਚ ਕਿਸਾਨ ਪਹੁੰਚ ਰਹੇ ਨੇ ਬਾਰਡਰਾਂ ਤੇ। ਬਾਕੀ ਕਿਸਾਨਾਂ ਦਾ ਹੌਸਲਾ ਵਧਾਉਂਦੇ ਹੋਏ ਨਜ਼ਰ ਆ ਰਹੇ ਨੇ ਔਰ ਰਣਨੀਤੀ ਜੋ ਤੈਅ ਕੀਤੀ ਗਈ ਹੈ ਕਿ ਅੱਗੇ ਅੱਗੇ ਕਿਸਾਨ ਆਗੂ ਚੱਲਣਗੇ, ਅੱਗੇ ਅੱਗੇ ਕਿਸਾਨ ਲੀਡਰ ਚੱਲਣਗੇ, ਫਿਰ ਉਹਨਾਂ ਦੇ ਪਿੱਛੇ ਪਿੱਛੇ ਜੋ ਹੈ ਬਾਕੀ ਤਮਾਮ ਕਿਸਾਨ ਜੋ ਵੱਡੀ ਗਿਣਤੀ ਦੇ ਵਿੱਚ ਉੱਥੇ ਡਟੇ ਹੋਏ ਨੇ ਉਹਨਾਂ ਦਾ ਪਿੱਛੇ ਪਿੱਛੇ ਚੱਲਣਗੇ। ਦਿੱਲੀ ਕੂਚ ਦੀ ਪੂਰੀ ਤਿਆਰੀ ਹੈ, ਇੰਸਟਰਕਸ਼ਨ ਦਿੱਤੀਆਂ ਜਾ ਰਹੀਆਂ ਨੇ, ਉਹਨਾਂ ਨੇ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਆ ਗਏ ਬੰਦੇ 10-20 ਮਿੰਟਾਂ ਤੱਕ ਆਪਾਂ ਅੱਗੇ ਲੱਗਾਂਗੇ, ਮਾਰਨੇ ਜਿਹੜੇ ਗੋਲੇ ਮਾਰਨੇ ਆ। ਇਸ ਕਰਕੇ ਬੇਨਤੀ ਆ ਸਾਰੇ ਪਿੱਛੇ ਆ ਜਾਓ, ਟਰੈਕਟਰਾਂ ਨੂੰ ਬੰਦ ਕਰ ਦਿਓ, ਤੁਸੀਂ ਅੱਜ ਆਗੂਆਂ ਨੂੰ ਦੇਖ ਲਓ, ਤੁਸੀਂ ਤੁਸੀਂ ਜਾਂ ਤਾਂ ਘੋਲ ਜਿੱਤਾਂਗੇ ਜਾਂ ਲਾਸ਼ਾਂ ਚੁੱਕ ਕੇ ਖੜੋਗੇ, ਤੇ ਤੁਸੀਂ ਪਿੱਛੇ ਰਹੋ, ਕੋਈ ਫਰਕ ਨੀ ਪੈਂਦਾ, ਇਹ ਘੋਲ ਸਾਡੇ ਤੋਂ ਬਾਅਦ ਜਿੰਦਾ ਹੋਊਗਾ, ਜਿੱਤਾਂਗੇ, ਤਹੱਮਲ ਰੱਖੋ, ਵਿਸ਼ਵਾਸ ਰੱਖੋ। ਠੀਕ ਆ, ਕੋਈ ਗੱਲ ਨੀ, ਆਪਾਂ ਇਹਨਾਂ ਦਾ ਜਬਰ ਦਾ ਮੁਕਾਬਲਾ ਸਬਰ ਨਾਲ ਕਰਨਾ। ਅਸੀਂ ਜਦੋਂ ਇਹ ਡਰੋਨ ਆਊ ਕੀ ਕਰਨ ਨੂੰ, ਜਦੋਂ ਅਸੀਂ ਆਗੂ ਚੱਲ ਜਾਣਾ ਅਗਲੇ ਬੰਨੇ ਵੀ ਮਾਰ ਲੈ ਜੇ ਮਾਰ ਲਈ, ਤੁਸੀਂ ਵੇਖੋ ਵੀ ਕਿਵੇਂ ਆਉਂਦਾ। ਇਸ ਕਰਕੇ ਫਿਕਰ ਨਾ ਕਰੋ, ਐ ਆਪਣੀ ਗੱਲ ਤੇ ਖੜੇ ਆ, ਬਗਾਨਾ ਪੋਤੇ ਸਾਡੀ ਸਾਰੀ ਆ ਫੌਜ ਆਪਣੀ ਜਥੇਬੰਦੀਆਂ ਦੀ, ਜੇ ਪਧੇਰ ਨੂੰ ਆਗੂ ਮੰਨਦੇ ਜੇ, ਟੱਲੇਵਾਲ ਨੂੰ ਆਗੂ ਮੰਨਦੇ ਜੇ, ਪ੍ਰੈਸ ਦੋ ਕਦਮ ਪਿੱਛੇ ਹਟੋ, ਵੀ ਆਗੂਆਂ ਦਾ ਆਖਾ ਮੰਨਦੇ ਆ, ਦੋ ਕਦਮ ਪਿੱਛੇ ਹਟੋ, ਵੀ ਆਹ ਆਗੂਆਂ ਦਾ ਆਖਾ ਮੰਨਦੇ ਆ, ਅਸੀਂ ਉਹਨਾਂ ਦੀ ਮੰਸ਼ਾ ਨੀ ਪੂਰੀ ਹੋਣ ਦੇਣੀ, ਆ ਤੁਹਾਡੇ ਸਾਹਮਣੇ ਆਗੂਆਂ ਦੇ ਨਾਂ ਦੱਸ ਕੇ ਗਾੜੀ ਜਾਵਾਂਗੇ ਵੀ ਆ ਚੱਲੇ ਆ। ਇਸ ਕਰਕੇ ਜਿੱਥੇ ਖਲੋਤੇ ਖਲੋਤੇ ਰਹੋ ਮੇਰੇ ਵੀਰ, ਔਰ ਆਪਾਂ ਸਾਰੀ ਪੋਜੀਸ਼ਨ ਨੂੰ ਕੰਟਰੋਲ ਕਰਨਾ, ਸਾਡੇ ਦੁਸ਼ਮਣਾਂ ਨੂੰ ਨਹੀਂ ਪਾਉਂਦਾ ਵੀ ਇਹ ਮਸਲਾ ਢੰਗ ਨਾਲ ਹੱਲ ਹੋ ਜਾਵੇ, ਔਰ ਅਸੀਂ ਸਾਰਾ ਕੁਝ ਦੱਸ ਦਿੱਤਾ ਵਾ ਵੀ ਜੇ ਸਰਕਾਰ MSP ਗਰੰਟੀ ਕਾਨੂੰਨ ਬਣਾਉਣ ਵਾਲੀ ਗੱਲ ਤੇ ਔਰ ਬਾਕੀ ਮੰਗਾਂ ਦੇ ਹੱਲ ਲਈ ਆਈ ਸਮਝ ਕੇ ਨਹੀਂ, ਵੀ MSP ਗਰੰਟੀ ਕਾਨੂੰਨ ਹੀ ਬਣਾਉਣਾ ਜਿਹੜਾ ਅਸੀਂ ਕਿਹਾ ਲਿਖੋ ਵੀ MSP ਗਰੰਟੀ ਦਾ ਕਾਨੂੰਨ ਬਣਾਉਣ ਲਈ ਤੇ ਬਾਕੀ ਮੰਗਾਂ ਲਈ ਗੱਲ ਕਰਾਂਗੇ। ਠੀਕ ਆ, ਸਰੇ ਲੱਗੂ ਨਹੀਂ ਜਵਾਬ ਦੇਣਗੇ, ਆਗੂ ਵਧਾਂਗੇ ਅੱਗੇ। ਆਹ ਵਿੱਚ ਜਿਹੜੇ ਆ ਇਹ ਬੰਦੇ, ਇਹ ਗੱਲਾਂ ਹੋਣਗੀਆਂ, ਸੋ ਇਸ ਕਰਕੇ ਇਹ ਮਕਸਦ ਪੂਰਾ ਹੋ, ਨਹੀਂ ਤੇ ਅਸੀਂ ਅੱਗੇ ਜਾਵਾਂਗੇ, ਆਗੂ ਅੱਗੇ ਜਾਵਾਂਗੇ, ਤੁਸੀਂ ਖੜ ਕੇ ਦੇਖਿਓ। ਠੀਕ ਆ, ਤਹੱਮਲ ਰੱਖੋ, ਸਬਰ ਰੱਖੋ।
ਇਸ ਦਰਮਿਆਨ ਇੱਕ ਵੱਡੀ ਖਬਰ ਆ ਰਹੀ ਹੈ, ਹਰਿਆਣਾ ਪੁਲਿਸ ਨੇ ਥਰੂ ਕੈਸੇ ਗੋਲੇ ਦਾਗਣੇ ਜੋ ਸ਼ੁਰੂ ਕਰ ਦਿੱਤੇ ਨੇ। ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ, ਹਰਿਆਣਾ ਸਰਕਾਰ ਦੇ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ ਗਿਆ। ਇੱਕ ਵਾਰ ਫਿਰ ਤੋਂ ਦੱਸ ਦਈਏ, ਹਰਿਆਣਾ ਸਰਕਾਰ ਰੁਖ ਕੀਤਾ ਹੈ, ਅਦਾਲਤੀ ਰੁਖ ਕੀਤਾ ਹੈ, ਹਰਿਆਣਾ ਸਰਕਾਰ ਨੇ ਰੁਖ ਕੀਤਾ ਪੰਜਾਬ ਅਤੇ